ਸੈਲੇਡ ਨਿਊਜ਼ ਚੈਨਲ 24/7 ਤੇ ਓਨ ਏਅਰ ਨਿਊਜ਼ ਚੈਨਲ 24/7 ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਸਭ ਤੋਂ ਪਹਿਲਾਂ ਮੈਂ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਤੁਸੀਂ ਸਾਡਾ ਬਹੁਤ ਹੌਸਲਾ ਵਧਾਉਂਦੇ ਹੋ, ਫੋਲੋ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਨਾਲ ਸਾਡੇ ਬੜੇ ਹੌਸਲੇ ਵੱਧਦੇ ਹਨ। ਸੋ ਤੁਹਾਡੇ ਧੰਨਵਾਦੀ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਮੇਰੀ ਘਰਵਾਲੀ ਮੈਨੂੰ ਅੱਛਾ ਨਹੀਂ ਕਹਿੰਦੀ, ਮੇਰੇ ਸਹੁਰੇ ਮੈਨੂੰ ਅੱਛਾ ਨਹੀਂ ਕਹਿੰਦੇ। ਸੋ ਮੈਂ ਤੁਹਾਨੂੰ ਇੱਕ ਬੜਾ ਵੱਡਾ ਨੁਸਖਾ ਦੇ ਦਿੰਦਾ, ਤੁਹਾਨੂੰ ਹਰ ਕੋਈ ਅੱਛਾ ਕਹੇਗਾ, ਤੁਹਾਡੇ ਸਹੁਰੇ ਤੁਹਾਡੀ ਘਰਵਾਲੀ ਤੁਹਾਨੂੰ ਅੱਛਾ ਕਹਿਣਗੇ। ਜੇ ਤੁਸੀਂ ਆਪਣੇ ਸਹੁਰੇ ਔਰ ਆਪਣੀ ਘਰਵਾਲੀ ਤੋਂ ਅੱਛਾ ਕਹਾਉਣਾ ਚਾਹੁੰਦੇ ਹੋ ਤਾਂ ਆਪਣਾ ਨਾਮ ਅੱਛਾ ਰੱਖ ਲਓ, ਤੁਹਾਡੀ ਘਰਵਾਲੀ ਵੀ ਤੁਹਾਨੂੰ ਅੱਛਾ ਕਹੇਗੀ, ਤੁਹਾਡੇ ਸਹੁਰੇ ਵੀ ਤੁਹਾਨੂੰ ਅੱਛਾ ਕਹੇ। ਚਲੋ ਇਹਦੇ ਨਾਲ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ, ਬੜੀ ਮਨ ਭਾਵੁਕ ਹੋ ਜਾਂਦਾ ਮੈਨੂੰ ਉਹ ਕਹਾਣੀ ਯਾਦ ਆਉਂਦੀ ਹੈ ਤਾਂ। ਇਹ ਕੁਛ ਕਹਾਣੀ ਸੁਣੀ ਸੁਣਾਈ ਹੈ, ਕੁਛ ਮੇਰੇ ਨਾਲ ਬੀਤੀ ਹੈ, ਮੈਂ ਤੁਹਾਨੂੰ ਮਿਕਸ ਕਰਕੇ ਕਹਾਣੀ ਸੁਣਾਉਣਾ। ਮੈਂ ਨਾ ਇੱਕ ਵਾਰੀ ਗੁਰਦੁਆਰੇ ਗਿਆ, ਗੁਰਦੁਆਰੇ ਬੜਾ ਦਰਬਾਰ ਲੱਗਿਆ ਸੀ, ਬੜੀ ਸੰਗਤ ਸੀ, ਸਾਧ ਸੰਗਤ ਬਹੁਤ ਸੀ। ਉਸ ਦਿਨ ਪੂਰਨਮਾਸ਼ੀ ਸੀ ਤੇ ਹਰ ਕੋਈ ਅਰਦਾਸ ਕਰ ਰਿਹਾ ਸੀ, ਤੇ ਪੂਰਨਮਾਸ਼ੀ ਤੇ ਅਰਦਾਸ ਅਕਸਰ ਜਲਦੀ ਸੁਣੀ ਜਾਂਦੀ। ਸੋ ਮੈਂ ਦੇਖਿਆ ਕਿ ਇੱਕ ਬੱਚਾ ਨੁੱਕਰ ਤੇ ਬੈਠਾ, ਉਹਦੀ ਨਾਲ ਇੱਕ ਛੋਟੀ ਜਿਹੀ ਲੜਕੀ, ਉਹ ਹੱਥ ਜੋੜ ਕੇ ਅਰਦਾਸ ਕਰਦੇ ਪਏ। ਉਹ ਬੱਚੇ ਦੀਆਂ ਅੱਖਾਂ ਦੇ ਉੱਪਰ ਆਂਸੂਆਂ ਦੇ ਦਾਗ, ਉਸ ਲੜਕੀ ਦੀ ਅੱਖਾਂ ਗੱਲਾਂ ਤੇ ਵੀ ਆਂਸੂਆਂ ਦੇ ਦਾਗ, ਲੜਕੇ ਦੀ ਗੱਲਾਂ ਤੇ ਵੀ ਆਂਸੂਆਂ ਦੇ ਦਾਗ। ਮੈਂ ਦੇਖਿਆ ਕਿ ਉਹ ਬੱਚਾ ਰੋ ਰੋ ਕੇ ਅਰਦਾਸ ਕਰ ਰਿਹਾ ਸੀ। ਮੇਰਾ ਮਨ ਬੜਾ ਭਾਵੁਕ ਹੋ ਉੱਠਿਆ, ਮੈਂ ਉਸ ਬੱਚੇ ਦੇ ਕੋਲ ਹੀ ਖੜ ਗਿਆ ਤੇ ਵਾਹਿਗੁਰੂ ਨੂੰ ਅਰਦਾਸ ਕੀਤੀ, ਪਰਮਾਤਮਾ ਇਸ ਬੱਚੇ ਦੀ ਅਰਦਾਸ ਜ਼ਰੂਰ ਸੁਣੀ। ਬੱਚੇ ਦੇ ਮੈਲੇ ਕੁਚੈਲੇ ਜਿਹੇ ਕੱਪੜੇ ਸੀ ਪਰ ਬੱਚਾ ਸਾਫ਼ ਸੁਥਰਾ ਸੀ। ਤੇ ਬੱਚੇ ਨੇ ਅਰਦਾਸ ਕੀਤੀ, ਫਤਿਹ ਬੁਲਾਈ। ਜਦੋਂ ਉਹ ਜਾਣ ਲੱਗਾ ਤੇ ਮੈਂ ਉਸਦਾ ਹੱਥ ਪਕੜ ਲਿਆ। ਮੈਂ ਕਿਹਾ, ਬੱਚੇ ਕੀ ਮੰਗਿਆ ਵਾਹਿਗੁਰੂ ਤੋਂ? ਕਹਿੰਦਾ, ਜੀ ਮੇਰੇ ਪਿਤਾ ਜੀ ਮਰ ਗਏ ਨੇ, ਮੈਂ ਉਹਨਾਂ ਵਾਸਤੇ ਸਵਰਗ ਮੰਗਿਆ। ਮੇਰੀ ਮਾਂ ਬਹੁਤ ਰੋਂਦੀ ਹੈ, ਮੈਂ ਉਹਦੇ ਵਾਸਤੇ ਸਬਰ ਮੰਗਿਆ। ਇਹ ਮੇਰੀ ਭੈਣ ਹੈ, ਇਹ ਕੱਪੜਿਆਂ ਵਾਸਤੇ ਮਾਂ ਨੂੰ ਬਹੁਤ ਤੰਗ ਕਰਦੀ ਹੈ, ਇਹਦੇ ਕੋਲ ਇੱਕੋ ਹੀ ਫਰੋਕ ਹੈ, ਉਹ ਵੀ ਫਟੀ ਹੋਈ ਹੈ, ਤੇ ਮਾਂ ਨੂੰ ਬਹੁਤ ਤੰਗ ਕਰਦੀ, ਮੈਂ ਇਹਦੇ ਵਾਸਤੇ ਪੈਸੇ ਮੰਗੇ। ਮੇਰਾ ਮਨ ਬੜਾ ਭਾਵੁਕ ਹੋ ਉੱਠਿਆ। ਮੈਂ ਕਿਹਾ, ਦੇਖੋ ਬੱਚਾ ਇੱਕ ਮਨ ਇੱਕ ਹੋ ਕੇ ਅਰਦਾਸ ਕਰ ਰਿਹਾ, ਪਰਮਾਤਮਾ ਦੀ ਅਰਦਾਸ ਜ਼ਰੂਰ ਸੁਣੀ। ਮੈਂ ਐਵੇਂ ਹੀ ਉਹਨੂੰ ਪੁੱਛ ਬੈਠਾ, ਮੈਂ ਕਿਹਾ, ਬੱਚੇ ਸਕੂਲ ਜਾਂਦੇ ਹੋ? ਕਹਿੰਦਾ, ਹਾਂਜੀ ਮੈਂ ਸਕੂਲ ਜਾਂਦਾ ਵਾਂ। ਕਹਿੰਦਾ, ਅੱਛਾ ਕਿਹੜੀ ਕਲਾਸ 'ਚ ਪੜ੍ਹਦੇ ਹੋ? ਕਹਿੰਦਾ, ਨਹੀਂ ਜੀ ਮੈਂ ਪੜ੍ਹਦਾ ਨਹੀਂ ਹਾਂ, ਮੇਰੀ ਮਾਂ ਮੈਨੂੰ ਛੋਲੇ ਬਣਾ ਦਿੰਦੀ ਹੈ, ਮੈਂ ਉਹ ਛੋਲੇ ਸਕੂਲ ਵੇਚਣ ਜਾਂਦਾ, ਬੱਚੇ ਮੇਰੇ ਕੋਲ ਬੜੇ ਸ਼ੌਕ ਨਾਲ ਉਹ ਛੋਲੇ ਖਰੀਦਦੇ ਨੇ, ਮੇਰੀ ਮਾਂ ਛੋਲੇ ਬਹੁਤ ਸਵਾਦ ਬਣਾਉਂਦੀ ਹੈ, ਤੇ ਮੈਂ ਉਹ ਸਕੂਲ 'ਚ ਵੇਚਣ ਜਾਂਦਾ, ਜਿਸ ਨਾਲ ਸਾਡਾ ਗੁਜ਼ਾਰਾ ਚੱਲਦਾ ਔਰ ਸਾਡੀ ਰੋਟੀ ਚੱਲ ਜਾਂਦੀ, ਪਰ ਬਾਕੀ ਸਮਾਨ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਸਾਡੇ ਕੋਲ ਪੈਸੇ ਨਹੀਂ ਬਚਦੇ, ਤੇ ਮੈਂ ਦਾਤੇ ਕੋਲੋਂ ਵਾਹਿਗੁਰੂ ਕੋਲੋਂ ਪੈਸੇ ਮੰਗਣ ਆਇਆ। ਮੇਰਾ ਮਨ ਫਿਰ ਭਰ ਆਇਆ, ਉਸ ਬੱਚੇ ਪ੍ਰਤੀ ਬੜਾ ਹਮਦਰਦੀ ਆਈ। ਮੈਂ ਫਿਰ ਪੁੱਛ ਬੈਠਾ ਉਹਨੂੰ, ਬੱਚੇ ਤੇਰਾ ਕੋਈ ਰਿਸ਼ਤੇਦਾਰ ਹੈਗਾ? ਕਹਿੰਦਾ, ਨਹੀਂ ਮੇਰੀ ਮਾਂ ਕਹਿੰਦੀ ਹੈ ਕਿ ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਮੇਰੇ ਮਨ 'ਚ ਫਿਰ ਬਹੁਤ ਟੁੱਟਤਾ ਹੋਈ, ਵਾਕਈ ਬੱਚਾ ਸੱਚ ਬੋਲ ਰਿਹਾ ਸੀ। ਕਹਿੰਦਾ, ਇਹ ਮੇਰੀ ਮਾਂ ਕਹਿੰਦੀ ਹੈ, ਮੇਰੀ ਮਾਂ ਕਦੀ ਝੂਠ ਨਹੀਂ ਬੋਲਦੀ, ਮੇਰੀ ਮਾਂ ਕਹਿੰਦੀ ਗਰੀਬਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਪਰ ਮੇਰੀ ਮਾਂ ਝੂਠ ਨਹੀਂ ਬੋਲਦੀ। ਹਾਂ
ਇੱਕ ਜਗ੍ਹਾ ਝੂਠ ਬੋਲਦੀ ਹੈ ਮੇਰੀ ਮਾਂ। ਮੈਂ ਪੁੱਛ ਬੈਠਾ ਕਿੱਥੇ ਝੂਠ ਬੋਲਦੀ ਹੈ? ਕਹਿੰਦੇ ਜਦੋਂ ਅਸੀਂ ਰੋਟੀ ਖਾਣ ਲੱਗਦੇ ਹਾਂ ਨਾ, ਸਾਨੂੰ ਦੋਵਾਂ ਨੂੰ ਰੋਟੀ ਇੱਕ ਇੱਕ ਰੋਟੀ ਦੇ ਦਿੰਦੀ ਹੈ ਤੇ ਅਸੀਂ ਕਹਿੰਦੇ ਹਾਂ ਮਾਂ ਤੇਰੀ ਰੋਟੀ ਕਿੱਥੇ ਹੈ? ਤਾਂ ਉਹ ਕਹਿੰਦੀ ਮੈਂ ਖਾ ਬੈਠੀ ਹਾਂ। ਸਾਨੂੰ ਪਤਾ ਕਿ ਉਹ ਝੂਠ ਬੋਲਦੀ, ਉਹਨੇ ਰੋਟੀ ਨਹੀਂ ਖਾਧੀ ਹੁੰਦੀ, ਉਹ ਸਾਡਾ ਪੇਟ ਭਰਨਾ ਚਾਹੁੰਦੀ। ਉੱਥੇ ਮਾਂ ਮੇਰੀ ਝੂਠ ਬੋਲਦੀ। ਸੋ ਮੇਰਾ ਮਨ ਬੜਾ ਭਾਰ ਉੱਠਿਆ ਕਿ ਬੱਚਾ ਦੇਖੋ ਛੋਟੀ ਜਿਹੀ ਉਮਰ ਦੇ ਵਿੱਚ ਹੀ ਕਿੰਨਾ ਸਮਝਦਾਰੀ ਵਾਲੀਆਂ ਗੱਲਾਂ ਕਰ ਰਿਹਾ। ਸੋ ਮੈਂ ਉਸਨੂੰ ਕਿਹਾ ਬੱਚੇ ਜੇ ਤੇਰੇ ਘਰ ਰੋਟੀ ਪੱਕਣ ਲੱਗ ਪਵੇ, ਜੇ ਤੇਰੇ ਘਰ ਦਾ ਖਰਚਾ ਚੱਲਣ ਲੱਗ ਪਵੇ, ਜੇ ਕੋਈ ਤੁਹਾਨੂੰ ਸਾਰਾ ਖਰਚਾ ਘਰ ਦਾ ਦੇ ਦੇਵੇ, ਕੀ ਤੂੰ ਸਕੂਲੇ ਜਾਏਗਾ, ਪੜ੍ਹੇਗਾ ਤੂੰ ਸਕੂਲ ਦਾਖਲ ਹੋ ਕੇ? ਕਹਿੰਦਾ ਜੀ ਬਿਲਕੁਲ ਮੈਂ ਨਹੀਂ ਪੜ੍ਹਾਂਗਾ, ਕਿਸੇ ਕੀਮਤ 'ਤੇ ਨਹੀਂ ਪੜ੍ਹਾਂਗਾ। ਮੈਂ ਉਸਨੂੰ ਪੁੱਛ ਬੈਠਾ ਕਿਉਂ ਬੱਚੇ ਕਿਉਂ ਨਹੀਂ ਪੜ੍ਹਨਾ, ਪੜ੍ਹਾਈ ਨਾਲ ਤਾਂ ਕੈਰੀਅਰ ਬਣਦਾ। ਕਹਿੰਦਾ ਨਹੀਂ ਅੰਕਲ, ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਨਾ, ਉਹ ਗਰੀਬਾਂ ਨੂੰ ਨਹੀਂ ਬੁਲਾਉਂਦਾ, ਕਿਸੇ ਗਰੀਬ ਨਾਲ ਹਮਦਰਦੀ ਨਹੀਂ ਕਰਦਾ, ਕਿਸੇ ਗਰੀਬ ਦੇ ਦੁੱਖ ਸਾਂਝਾ ਨਹੀਂ ਕਰਦਾ, ਇਸ ਕਰਕੇ ਮੈਂ ਪੜ੍ਹਨਾ ਨਹੀਂ ਚਾਹੁੰਦਾ, ਮੈਂ ਇੱਥੇ ਹੀ ਠੀਕ ਹਾਂ। ਸੋ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਜਿਹੜੀ ਇੱਕ ਬੋਰੀ ਆਟਾ ਦੀ ਲੈ ਕੇ ਆਇਆ, ਕੀ ਇਹ ਆਟਾ ਲੰਗਰ ਵਿੱਚ ਜ਼ਰੂਰੀ ਹੈ ਕਿ ਇਸ ਬੱਚੇ ਨੂੰ ਜ਼ਰੂਰੀ ਹੈ? ਸੋ ਮੇਰਾ ਮਨ ਫੈਸਲਾ ਨਹੀਂ ਕਰ ਸਕਿਆ। ਮੈਂ ਚੁੱਪ ਕਰਕੇ ਉਹ ਆਟੇ ਦੀ ਬੋਰੀ ਵਾਪਸ ਰਕਸ਼ਾ 'ਤੇ ਰਖਾਈ ਔਰ ਮੈਂ ਉਹ ਬੱਚੇ ਦੇ ਘਰ ਪਹੁੰਚਾਤੀ ਕਿ ਉੱਥੇ ਜ਼ਰੂਰੀ ਹੈ। ਉਹ ਵੀ ਗੁਰੂ ਕੀ ਗੋਲਕ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਸੋ ਤੁਸੀਂ ਵੀ ਕਿਸੇ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੰਗਰ 'ਚ ਦਾਨ ਪਾਉਣ ਤੋਂ ਪਹਿਲਾਂ, ਜਾਂ ਕੋਈ ਪੱਥਰ ਲਵਾਉਣ ਤੋਂ ਪਹਿਲਾਂ, ਜਾਂ ਕੋਈ ਸੀਮੈਂਟ ਦੇਣ ਤੋਂ ਪਹਿਲਾਂ, ਜਾਂ ਕੁਛ ਉੱਥੇ ਦੇਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਆਪਣੇ ਆਸ ਪਾਸ ਕਿ ਕੋਈ ਗਰੀਬ ਗੁਰਬਾ ਕੁਛ ਰੋਟੀ ਤੋਂ ਮਹਤਾਜ ਤਾਂ ਨਹੀਂ? ਗੁਰੂ ਸਾਹਿਬ ਵੀ ਕਹਿ ਗਏ ਹੋਏ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਸੋ ਤੁਸੀਂ ਗੋਲਕ 'ਚ ਪੈਸੇ ਪਾ ਰਹੇ ਹੋ, ਆਪਣੇ ਗੋਲਕ 'ਚ ਪੈਸੇ ਜੋੜ ਰਹੇ ਹੋ ਜੋ ਗਰੀਬਾਂ ਨੂੰ ਦਾਨ ਕਰਦੇ ਹੋ। ਸੋ ਗਰੀਬਾਂ ਨੂੰ ਦਾਨ ਜ਼ਰੂਰ ਕਰੋ, ਦੇਖੋ ਕੌਣ ਜ਼ਰੂਰਤਮੰਦ ਹੈ, ਆਪਣੇ ਆਸ ਪਾਸ ਨਜ਼ਰ ਮਾਰੋ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਦੋ ਚਾਰ ਬੰਦਿਆਂ 'ਚ, ਤਾਂ ਕਿ ਉਹ ਵੀ ਲੋਕ ਸਮਝ ਸਕਣ ਕਿ ਜੋ ਗਰੀਬ ਕੀ ਗਰੀਬ ਦਾ ਮੂੰਹ ਹੈ ਉਹ ਗੁਰੂ ਕੀ ਗੋਲਕ ਹੈ। ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਖਿਆਲ ਰੱਖ ਸਕਣ। ਸੋ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਮਿਹਰਬਾਨੀ।